ਕੀ ਬੰਦੇ ਵੱਡਣ ਦੇ ਨਾਲ ਡਰ ਥੋੜਾ ਪੈ ਜਾਣਾ ਇਹਦਾ ਕਾਰਨ ਕੋਈ ਹੋਰ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਲਖਵਿੰਦਰ ਸਿੰਘ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ ਜੋ ਮੋਰਿੰਡੇ ਕੋਤਵਾਲੀ ਦੇ ਵਿੱਚ ਜੋ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜੋ ਬੇਅਦਬੀ ਹੋਈ ਹੈ ਅਤੇ ਉਸ ਦੇ ਸੰਬੰਧ ਦੇ ਵਿੱਚ ਭਾਈ ਰਣਜੀਤ ਸਿੰਘ ਟੰਡਰੀਆਂ ਵਾਲੇ ਦੀ ਵੀਡੀਓ ਆਈ ਸੀ, 3 ਦਿਨ ਪਹਿਲਾਂ ਵੀਡੀਓ ਆਈ ਸੀ ਅਤੇ ਆਪਾਂ ਉਹਦੇ 'ਤੇ ਰਿਐਕਸ਼ਨ ਲੈ ਕੇ ਆਏ ਹਾਂ ਅਤੇ ਵੇਖਣਾ ਕਰਦੇ ਹਾਂ ਵੀਡੀਓ ਦੇ ਵਿੱਚ ਭਾਈ ਸਾਹਿਬ ਜੀ ਦੀ ਕੀ ਗੱਲ ਕੀਤੀ ਹੈ, ਕਿਉਂਕਿ ਵੀਡੀਓ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਅਸੀਂ ਰੋਜ਼ ਬੇਅਦਬੀ ਕਰ ਰਹੇ ਹਾਂ। ਕਿਸ ਤਰ੍ਹਾਂ ਕਰ ਰਹੇ ਹਾਂ ਆਓ ਵੀਡੀਓ ਦੇ ਵਿੱਚ ਦੇਖਣਾ ਕਰਦੇ ਹਾਂ ਅਤੇ ਨਾਲੇ ਆਪਾਂ ਆਪਣੀ ਗੱਲ ਨੂੰ ਰੱਖਣਾ ਕਰਾਂਗੇ ਅਤੇ ਆਓ ਵੀਡੀਓ ਨੂੰ ਦੇਖਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਮੋਰਿੰਡੇ ਸ਼ਹਿਰ ਵਿੱਚ ਜੋ ਸਥਾਨ ਸਥਿਤ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਕਦੇ ਰਾਤ ਕੱਟੀ ਸੀ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕਿਸੇ ਸ਼ਖਸ ਵੱਲੋਂ ਬੇਅਦਬੀ ਕੀਤੀ ਗਈ, ਪਾਠੀਆਂ ਨੂੰ ਕੁੱਟਿਆ ਗਿਆ। ਹਰ ਸਿੱਖ ਨੇ ਉਹ ਵੀਡੀਓ ਵੇਖੀ ਹੈ ਅਤੇ ਬੜਾ ਦਰਦ ਮਹਿਸੂਸ ਕੀਤਾ ਹੈ, ਤਕਲੀਫ ਹੁੰਦੀ ਹੈ। ਬਿਲਕੁਲ, ਇਹ ਇੱਕ ਸੁਭਾਵਿਕ ਗੱਲ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਕਿਸੇ ਬੰਦੇ ਨੂੰ ਕਰਦਿਆਂ ਵੇਖਦੇ ਹਾਂ, ਕਦੇ ਅੱਗ ਲਾਉਂਦਿਆਂ ਵੇਖਦੇ ਹਾਂ, ਇੱਦਾਂ ਚੱਕਦਿਆਂ ਵੇਖਦੇ ਹਾਂ ਅਤੇ ਤਕਲੀਫ ਪਹੁੰਚਦੀ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਸਾਡੀ ਸੈੱਲ ਮੈਂਬਰੀ ਹੈ, ਬਣੀ ਹੋਈ ਹੈ। ਬਿਲਕੁਲ, ਉੱਚੇ ਥਾਂ ਦੇ ਉੱਤੇ ਅਸੀਂ ਉਹਨਾਂ ਦੀ ਰਿਸਪੈਕਟ ਹੁੰਦਿਆਂ ਵੇਖਦੇ ਹਾਂ, ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਅਸੀਂ ਇਹ ਉਹਨਾਂ ਦਾ ਰੂਪ ਵੇਖਿਆ ਜਿੱਥੇ ਉਹਨਾਂ ਦਾ ਸਤਿਕਾਰ ਹੀ ਹੁੰਦਾ ਵੇਖਿਆ, ਉੱਥੇ ਫਿਰ ਦੁੱਖ ਲੱਗਣਾ ਹਰ ਸਿੱਖ ਨੂੰ ਸੁਭਾਵਿਕ ਹੈ। ਪਰ ਹੁਣ ਇਹ ਘਟਨਾਵਾਂ ਵਾਪਰਦੀਆਂ ਨੇ, ਇਹਦਾ ਪੱਕਾ ਹੱਲ ਜਥੇਦਾਰਾਂ ਨੂੰ, ਕੌਮ ਦੇ ਆਗੂਆਂ ਨੂੰ ਸਿਰ ਜੋੜ ਕੇ ਸੋਚਣਾ ਪੈਣਾ, ਕਿਉਂਕਿ ਬੜੇ ਲੋਕ ਇਹ ਵੀ ਕਹਿ ਰਹੇ ਆ ਵੇਖੋ ਜੀ ਉਹਦਾ ਗਾਟਾ ਲਾ ਦੇਣਾ ਚਾਹੀਦਾ ਸੀ, ਉਹਦਾ ਸਿਰ ਵੱਢ ਦੇਣਾ ਚਾਹੀਦਾ ਸੀ। ਇਹਦੇ ਨਾਲ ਬੇਅਦਬੀਆਂ ਹਟ ਜਾਂਦੀਆਂ ਨੇ, ਡਰ ਪੈ ਗਿਆ। ਅੱਗੇ ਇੱਕ ਸਿੰਘੂ ਬਾਰਡਰ ਤੇ ਬੰਦਾ ਵੱਢ ਦਿੱਤਾ ਗਿਆ ਸੀ, ਉਹਦੇ ਕਰਕੇ ਫਿਰ ਡਰ ਪੈ ਗਿਆ, ਨਹੀਂ ਗਿਆ। ਹਰਿਮੰਦਰ ਸਾਹਿਬ ਦੇ ਵਿੱਚ ਆਇਆ ਸੀ ਇੱਕ ਬੰਦਾ, ਡਰ ਪੈ ਗਿਆ, ਨਹੀਂ ਵੱਢਿਆ ਗਿਆ ਸੀ ਪਰ ਫਿਰ ਵੀ ਡਰ ਨਹੀਂ ਪਿਆ। ਇਸੇ ਤਰ੍ਹਾਂ ਇੱਕ ਹੋਰ ਵੀ ਕਪੂਰਥਲੇ ਚ ਬੰਦਾ ਮਾਰਿਆ ਗਿਆ ਸੀ। ਕੀ ਬੰਦੇ ਵੱਢਣ ਦੇ ਨਾਲ ਡਰ ਥੋੜਾ ਪੈ ਜਾਣਾ ਇਹਦਾ ਕਾਰਨ ਕੋਈ ਹੋਰ ਹੈ, ਕਿਉਂ ਇੱਦਾਂ ਦਾ ਕੁਛ ਵਾਪਰਦਾ, ਉਹਦੇ ਤੇ ਦੀਰਘ ਵਿਚਾਰ ਕਰਨੀ ਪੈਣੀ ਹੈ। ਕੀ ਪ੍ਰੋਬਲਮ ਸੀ ਉਹ ਸ਼ਖਸ ਨੂੰ, ਕੀ ਉਹ ਸੱਚਮੁੱਚ ਪਾਗਲ ਸੀ, ਕੀ ਉਹਨੂੰ ਦੌਰਿਆ ਪੈਂਦਾ ਕੋਈ, ਉਹ ਬਿਮਾਰ ਸੀ, ਜਾਂ ਇਹਦੇ ਪਿੱਛੇ ਕੋਈ ਸਿਆਸਤ ਹੈ, ਇਹ ਸਾਰਾ ਕੁਝ ਗਹਿਰੇ ਚਿੰਤਨ ਦਾ ਵਿਸ਼ਾ ਹੈ। ਇਹਦੇ ਤੇ ਚਿੰਤਨ ਹੋਣਾ ਚਾਹੀਦਾ, ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ। ਤੇ ਜਥੇਦਾਰਾਂ ਦਾ ਵੀ ਫਰਜ਼ ਬਣਦਾ ਹੈ ਵੀ, ਮੈਂ ਅੱਗੇ ਵੀ ਕਈ ਦਫਾ ਕਿਹਾ ਵੀ ਜਿੱਥੇ ਜਿਹੜਾ ਵੀ ਕੋਈ ਸਰੂਪ ਜਾਂਦਾ, ਜਿਹੜਾ ਲੈ ਕੇ ਗਿਆ ਉਹਦੀ ਜ਼ਿੰਮੇਵਾਰੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਦੀ ਜ਼ਿੰਮੇਵਾਰੀ ਉੱਥੋਂ ਦੇ ਪ੍ਰਬੰਧਕਾਂ ਦੀ ਹੋਵੇ। ਬਾਹਰ ਕੋਈ ਸੇਵਾਦਾਰ ਖੜਾ ਹੁੰਦਾ, ਉਹ ਜਦੋਂ ਜੁੱਤਾ ਲੈ ਕੇ ਅੰਦਰ ਵੜਿਆ ਉਦੋਂ ਹੀ ਨਾ ਵੱਢਣ ਦਿੰਦਾ, ਉਦੋਂ ਹੀ ਖੜਿਆ ਜਾਂਦਾ ਉਹ ਬੰਦਾ, ਉਹ ਅੰਦਰ ਤੱਕ ਪਹੁੰਚ ਗਿਆ, ਪਹੁੰਚ ਹੀ ਇਹ ਸਾਰਾ ਕੁਝ ਵਾਪਰਿਆ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਖਤੀ ਥੋੜ੍ਹੀ ਜੀ ਜਥੇਦਾਰ ਕਰਨ ਵੀ ਜਿੱਥੇ ਵੀ ਕਿਤੇ ਸਰੂਪ ਹੈ, ਜੇ ਉੱਥੇ ਕੋਈ ਘਟਨਾ ਵਾਪਰੇਗੀ ਤੇ ਉਹਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਏਗੀ, ਅਸੀਂ ਪ੍ਰਬੰਧਕਾਂ ਨੂੰ ਤਲਬ ਕਰਾਂਗੇ, ਬਿਲਕੁਲ ਆਗੂਆਂ ਨੂੰ ਤਲਬ ਕਰਾਂਗੇ, ਇਹਦੇ ਤੇ ਗੌਰ ਕਰਨ ਦੀ ਲੋੜ ਹੈ। ਬਾਕੀ ਇੱਕ ਗੱਲ ਸਾਨੂੰ ਹੋਰ ਵੀ ਗਹਿਰੇ ਤਲ ਤੇ ਸੋਚਣੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਦੋਂ ਇਦਾਂ ਦਾ ਕੁਛ ਵਾਪਰਦਾ ਤਾਂ ਬੇਅਦਬੀ ਹੁੰਦੀ ਹੈ, ਇਹ ਤਾਂ ਘਟਨਾ ਮੰਦਭਾਗੀ ਹੈ ਹੀ ਹੈ, ਹਰ ਸਿੱਖ ਨੂੰ ਤਕਲੀਫ ਹੁੰਦੀ ਹੈ। ਇੱਕ ਹੈਗਾ ਗੁਰੂ ਸਾਹਿਬ ਜੀ ਦੇ ਗਿਆਨ ਦੀ, ਉਹਨਾਂ ਦੀ ਸੋਚ ਦੀ, ਉਹਨਾਂ ਦੀ ਸਿੱਖਿਆ ਦੀ ਬੇਅਦਬੀ। ਬਿਲਕੁਲ, ਜਦੋਂ ਅਸੀਂ ਲੜੀਆਂ ਲਾ ਕੇ ਪਾਠ ਪ੍ਰਕਾਸ਼ ਕਰਦੇ ਹਾਂ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੀ ਬੇਅਦਬੀ ਨਹੀਂ, ਬੇਅਦਬੀ ਨਹੀਂ। ਬਿਲਕੁਲ, ਕੀ ਗੁਰੂ ਗ੍ਰੰਥ ਸਾਹਿਬ ਇਹਨਾਂ ਚੀਜ਼ਾਂ ਨੂੰ ਮਾਨਤਾ ਦਿੰਦੇ ਨੇ? ਬਿਲਕੁਲ, ਕਿ ਗੁਰਬਾਣੀ ਦੇ ਨਾਂ ਦੇ ਉੱਤੇ ਧੰਦਾ ਚਲਾਇਆ ਜਾਵੇ? ਸਹੀ ਗੱਲ ਹੈ। ਧਰਮ ਅਸੀਂ ਸਿੱਖਦੇ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੁੰਦੇ, ਜੋ ਕਿ ਸਾਡਾ ਕਰਮ ਸਾਡਾ ਧਰਮ ਹੈ। ਵਾਹ,
ਇਹ ਤੇ ਅਸੀਂ ਗੁਰਬਾਣੀ ਤੋਂ ਸੇਧ ਲੈਂਦੇ, ਗੁਰਬਾਣੀ ਨੂੰ ਉੱਚੇ ਸਿੰਘਾਸਣਾਂ ਤੇ ਬਿਰਾਜਮਾਨ ਕਰਦੇ, ਰਿਸਪੈਕਟ ਕਰਦੇ ਕਰਦੇ, ਪਰ ਗੁਰਬਾਣੀ ਦੇ ਨਾਂ ਤੇ ਧੰਦੇ ਚਲਾ ਲੈਣੇ ਕੀ ਇਹ ਬੇਅਦਬੀ ਨੇ? ਸਹੀ ਗੱਲ ਹੈ, ਇਹ ਵੀ ਬੇਅਦਬੀ। ਇਹ ਵੀ ਤੇ ਅੱਜ ਬੇਅਦਬੀ ਹੀ ਕਰ ਰਹੇ ਨੇ ਬੰਦੇ ਜਿਹੜੇ ਕਿ ਪੈਸਾ ਕਮਾਉਣ ਵਾਸਤੇ ਗੁਰਬਾਣੀ ਨੂੰ ਸਿਰਫ ਵਰਤ ਰਹੇ ਆ, ਵਰਤ ਰਹੇ ਆ, ਚਾਹੇ ਸਾਡੇ ਇਤਿਹਾਸਕ ਸਥਾਨ ਨੇ, ਚਾਹੇ ਸਾਡੇ ਬਾਬਿਆਂ ਦੇ ਡੇਰੇ ਨੇ, ਹਰ ਥਾਂ ਦੇ ਉੱਤੇ ਇਹੀ ਹੋ ਰਿਹਾ। ਗੁਰਬਾਣੀ ਨੂੰ ਇੱਕ ਧੰਦੇ ਵਾਂਗ ਵਜੋਂ ਵਰਤਿਆ ਜਾ ਰਿਹਾ। ਗਿਆਨ ਲੈਣ ਵਾਲੇ ਪਾਸੇ ਵਾਲੀ ਗੱਲ ਖਤਮ ਹੋਈ ਪਈ ਹੈ, ਅਕਲ ਲੈਣ ਵਾਲੇ ਪਾਸੇ ਵਾਲੀ ਗੱਲ ਖਤਮ ਹੋਈ ਪਈ ਹੈ, ਸਿਰਫ ਧੰਦਾ ਬਣਿਆ ਹੋਇਆ ਧੰਦਾ। ਗੁਰਬਾਣੀ ਨੇ ਕਿਹਾ ਸੀ ਕਿ ਕੋਈ ਤੀਰਥ ਨਹੀਂ ਤੀਰਥ ਗਿਆਨ ਹੁੰਦਾ। ਬਿਲਕੁਲ, ਉੱਥੇ ਫਿਰ ਜਦੋਂ ਅਸੀਂ ਟੁੱਬੀਆਂ ਲਾ ਲਾ ਕੇ ਨੱਕ ਨਹੀਂ ਚੜਾਉਂਦੇ, ਅਸੀਂ ਬੇਅਦਬੀ ਨਹੀਂ ਕਰਦੇ ਗੁਰੂ ਸਾਹਿਬ ਦੇ ਗਿਆਨ ਦੀ? ਇੱਕ ਜਗ੍ਹਾ ਨਹੀਂ, ਅਸੀਂ ਸੈਂਕੜੇ ਥਾਵਾਂ ਦੇ ਉੱਤੇ ਇੱਦਾਂ ਦੇ ਕੰਮ ਕਰ ਰਹੇ ਹਾਂ ਜਿਸ ਦੇ ਨਾਲ ਬੇਅਦਬੀ ਹੋ ਰਹੀ ਹੈ। ਬਿਲਕੁਲ, ਤੇ ਮੈਂ ਆਪ ਸਾਰਿਆਂ ਨੂੰ ਅਰਜ਼ ਕਰਾਂਗਾ ਕਿ ਕੋਈ ਵੀ ਅਦਬ ਵਾਲਾ ਨਹੀਂ ਰਹਿਣਾ ਜਦੋਂ ਗੁਰਬਾਣੀ ਦੀ ਕਸਵੱਟੀ ਤੇ ਸਾਨੂੰ ਵੇਖਿਆ ਪਰਖਿਆ ਜਾਏਗਾ। ਬਿਲਕੁਲ ਬਿਲਕੁਲ, ਅਸੀਂ ਸਾਰੇ ਬੇਅਦਬੀਆਂ ਕਰ ਰਹੇ ਹਾਂ, ਆਪਾਂ ਬੇਅਦਬੀ ਕਰਨੋਂ ਹਟੀਏ, ਬਾਬੇ ਲੜੀਆਂ ਲਾਉਣੋਂ ਹਟ ਜਾਣ, ਇੱਦਾਂ ਸਰੂਪ ਪ੍ਰਕਾਸ਼ ਕਰਨੇ ਹਟ ਜਾਣ, ਸਮਝ ਤੋਂ ਕੰਮ ਲਈਏ, ਗੁਰਬਾਣੀ ਤੋਂ ਅਸੀਂ ਗਿਆਨ ਲਈਏ, ਅਕਲ ਲਈਏ, ਸਾਡੀ ਕੌਮ ਦੇ ਵਿੱਚ ਜਾਗਰਤੀ ਆਵੇ, ਅਵੇਅਰਨੈਸ ਆਵੇ, ਹਰ ਬੱਚਾ ਪੜ੍ਹਿਆ ਲਿਖਿਆ ਹੋਵੇ, ਸਮਝਦਾਰ ਹੋਵੇ। ਤੇ ਜਦੋਂ ਅਗਲਾ ਪੁੱਛੇ ਵੀ ਇੰਨਾ ਪੜ੍ਹਿਆ ਲਿਖਿਆ ਸਮਝਦਾਰ ਹੈ, ਇੰਨੇ ਤੁਸੀਂ ਅੱਗੇ ਤੱਕ ਕਿਵੇਂ ਗਏ ਹੋ, ਤੇ ਉਦੋਂ ਅਗਲਾ ਹੱਥ ਗੁਰੂ ਗ੍ਰੰਥ ਸਾਹਿਬ ਵੱਲ ਕਰੇ ਵੀ ਇਹਨਾਂ ਤੋਂ ਅਸੀਂ ਸਿੱਖਿਆ। ਗਿਆਨ ਲੈਣਾ ਸਾਨੂੰ ਗੁਰੂ ਨਾਨਕ ਸਿਖਾ ਕੇ ਗਏ ਹੈ, ਅਕਲ ਲੈਣੀ ਸਾਨੂੰ ਗੁਰੂ ਨਾਨਕ ਸਿਖਾ ਕੇ ਗਏ ਹੈ। ਇਸ ਕਰਕੇ ਇੱਦਾਂ ਦੇ ਸ਼ਖਸ ਜਿਹੜੇ ਬੇਅਦਬੀਆਂ ਕਰਦੇ ਨੇ, ਇਹਦੇ ਵਾਸਤੇ ਸਰਕਾਰ ਵੀ ਸਖ਼ਤ ਕਦਮ ਚੱਕੇ, ਕਿਉਂਕਿ ਧਰਮ ਗ੍ਰੰਥ ਕੋਈ ਵੀ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਕੋਈ ਹਿੰਦੂਆਂ ਦਾ ਧਰਮ ਗ੍ਰੰਥ ਹੈ, ਚਾਹੇ ਇਸਲਾਮ ਧਰਮ ਦਾ ਹੈ, ਚਾਹੇ ਕਿਸੇ ਵੀ ਧਰਮ ਦਾ ਕੋਈ ਵੀ ਗ੍ਰੰਥ ਹੈ, ਬਿਲਕੁਲ ਉਹਦੀ ਬੇਅਦਬੀ ਨਾ ਹੋਵੇ। ਉਹਦੇ ਵਾਸਤੇ ਕੋਈ ਨਾ ਕੋਈ ਸਖ਼ਤ ਕਾਨੂੰਨ ਬਣਨੇ ਚਾਹੀਦੇ ਨੇ। ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਵਾਰੀ ਤੁਸੀਂ ਜਰਾ ਕੋਈ ਕੋਖ ਪੜਤਾਲ ਕਰਿਓ, ਕਿਉਂਕਿ ਬੇਅਦਬੀ ਦੇ ਮਸਲਿਆਂ ਨੇ ਅੱਗੇ ਸਰਕਾਰਾਂ ਦਾ ਬੇੜਾ ਡੋਬਿਆ, ਬਿਲਕੁਲ ਬਹੁਤ ਵੱਡੇ ਨੁਕਸਾਨ ਕਰਾਏ ਨੇ, ਕਿਉਂਕਿ ਹਰ ਸਿੱਖ ਦਾ ਇਮੋਸ਼ਨ ਨੇ, ਇਮੋਸ਼ਨਲੀ ਸਿੱਖ ਨੇ, ਜਜ਼ਬਾਤੀ ਨੇ, ਤੇ ਜਜ਼ਬਾਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ, ਤੇ ਇਦਾਂ ਦੀਆਂ ਘਟਨਾਵਾਂ ਤੇ ਸਖਤੀ ਦੇ ਨਾਲ ਪੈਰਵਾਈ ਕਰਨੀ ਪੈਣੀ ਹੈ, ਧਿਆਨ ਦੇਣਾ ਪੈਣਾ। ਤੇ ਜਥੇਦਾਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਜਰਾ ਕੁ ਸਖਤੀ ਨਾਲ ਤੁਸੀਂ ਜੇ ਬੈਠੇ ਹੋ ਆਗੂ ਹੋ, ਤੇ ਕੁਝ ਨਾ ਕੁਝ ਇਦਾਂ ਦਾ ਕਰੋ ਕਰੋ, ਬਿਲਕੁਲ, ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਜਿਹੜਾ ਸਰੂਪ ਲੈ ਕੇ ਜਾ ਰਿਹਾ, ਉਹਨਾਂ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਹੋਣ, ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਬੇਅਦਬੀ ਨਾ ਹੋ ਸਕੇ। ਬਾਕੀ ਆਓ ਆਪਾਂ ਅਦਬ ਵਾਲੇ ਜ਼ਰੂਰ ਬਣ ਜਾਈਏ, ਉਸ ਬੰਦੇ ਵੱਲ ਵੇਖ ਕੇ ਦੁੱਖ ਲੱਗਦਾ ਨਾ, ਤੇ ਅਸੀਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੇ ਨਹੀਂ ਚੱਲਦੇ, ਉਸ ਵੇਲੇ ਵੀ ਅਸੀਂ ਵੀ ਅਦਬ ਨਹੀਂ ਕਰ ਰਹੇ ਹੁੰਦੇ, ਅਸੀਂ ਵੀ ਬੇਅਦਬੀਆਂ ਹੀ ਕਰਦੇ ਹੁੰਦੇ ਹਾਂ। ਸਹੀ ਗੱਲ, ਬਹੁਤ ਸਾਰੇ ਸਾਡੇ ਆਗੂਆਂ ਨੇ, ਸਾਡਿਆਂ ਲੀਡਰਾਂ ਨੇ, ਸਾਡੇ ਚੌਧਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਕੀਤੀ ਹੈ। ਜੇ ਤੁਸੀਂ ਗਿਆਨ ਦੀ ਕਸਵੱਟੀ ਤੇ ਹਰੇਕ ਆਗੂ ਨੂੰ ਵੇਖਦੇ ਪਰਖਦੇ ਜਾਓਗੇ, ਤੇ ਮਾਫ ਕਰਨਾ ਸਾਡੇ ਵਰਗਾ, ਮੈਂ ਆਪਣੇ ਆਪ ਨੂੰ ਵੀ ਵਿੱਚ ਗਿਣਦਾ, ਸਾਡੇ ਵਰਗਾ ਕੋਈ ਵੀ ਨਹੀਂ ਬਚਣਾ ਜਿਹੜਾ ਅਦਬ ਕਰਨ ਵਾਲਾ ਹੋਵੇ। ਸਾਰੀ ਬੇਅਦਬੀਆਂ ਕਰਦੇ ਤੁਹਾਨੂੰ ਨਜ਼ਰ ਆਉਣਗੇ, ਆਮ ਲੋਕ ਨਹੀਂ, ਆਗੂ ਸਾਰੇ ਬੇਅਦਬੀਆਂ ਕਰ ਰਹੇ ਆ। ਤੇ ਇਦਾਂ ਦੀ ਘਟਨਾ ਵਾਪਰਦੀ ਉਦੋਂ ਤੇ ਫਿਰ ਚਲੋ ਸਾਰਿਆਂ ਨੂੰ ਦੁੱਖ ਲੱਗਦਾ ਹੀ ਹੈ। ਮੈਂ ਅੱਗੇ ਵੀ ਸ਼ੁਰੂ ਚ ਕਿਹਾ ਕਿ ਇਹ ਸਾਡੀ ਸੈੱਲ ਮੈਂਬਰੀ ਬਣੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਤੇ ਸਾਨੂੰ ਕਰਨਾ ਚਾਹੀਦਾ, ਉਹਨਾਂ ਤੋਂ ਅਸੀਂ ਸਿੱਖਿਆ ਲਈ ਹੈ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਉਹਨਾਂ 35 ਯੋਧਿਆਂ ਦਾ, ਇਨਕਲਾਬੀਆਂ ਦਾ, ਉਹਨਾਂ ਸੂਰਮਿਆਂ ਦਾ, ਡਟਨ ਖੜਨ ਵਾਲਿਆਂ ਦਾ, ਸਟੈਂਡ ਲੈਣ ਵਾਲਿਆਂ ਦਾ ਸਤਿਕਾਰ ਹੈ, ਸਾਡੇ ਵੱਡੇ ਵਡੇਰਿਆਂ ਦਾ ਸਤਿਕਾਰ ਹੈ, ਕਿਉਂਕਿ ਉਹਨਾਂ ਦੇ ਵਿਚਾਰ, ਉਹਨਾਂ ਦੀ ਬਾਣੀ ਦਾ ਸੰਗ੍ਰਹਿ, ਉਹਨਾਂ ਦੀ ਸੋਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ। ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ, ਤੇ ਉਦੋਂ ਵੱਡਿਆਂ ਦਾ ਸਤਿਕਾਰ ਹੁੰਦਾ। ਆਓ ਚੜ੍ਹਦੀ ਕਲਾ ਨਾਲ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋ, ਤੇ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ, ਇਹਦੇ ਵਾਸਤੇ ਸਾਰੇ ਕੰਮ ਨਾ ਕਰੋ, ਤੇ ਸਰਕਾਰ ਜ਼ਰੂਰ ਇਸ ਗੱਲ ਵੱਲ ਧਿਆਨ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਜੀ ਭਾਈ ਸਾਹਿਬ ਜੀ ਦੀ ਵੀਡੀਓ, ਜਿਹਦੇ ਵਿੱਚ ਭਾਈ ਸਾਹਿਬ ਜੀ ਨੇ ਪਹਿਲੇ ਨੰਬਰ 'ਤੇ ਇਹੀ ਗੱਲ ਕੀਤੀ ਹੈ ਕਿ ਹਰ ਇੱਕ ਸਿੱਖ ਦੀ ਇੱਕ ਸੈੱਲ ਮੈਂਬਰੀ ਹੈ ਗੁਰੂ ਗ੍ਰੰਥ ਸਾਹਿਬ ਜੀ,
ਜਿਨ੍ਹਾਂ ਦਾ ਅਸੀਂ ਹਮੇਸ਼ਾ ਸਤਿਕਾਰ ਹੁੰਦੇ ਦੇਖਿਆ ਹੈ, ਉਹਦੇ ਨਾਲ ਇਸ ਤਰੀਕੇ ਦੇ ਨਾਲ ਕੋਈ ਬੰਦਾ ਕਰੇ ਤਾਂ ਸਾਨੂੰ ਉਹ ਚੀਜ਼ ਨਹੀਂ ਹਜ਼ਮ ਹੋਵੇਗੀ ਅਤੇ ਕਦੀ ਵੀ ਨਹੀਂ ਹੋ ਸਕਦੀ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਅਤੇ ਉਹ ਸਤਿਕਾਰ ਹਮੇਸ਼ਾ ਹੀ ਸਾਡੇ ਮਨਾਂ ਦੇ ਵਿੱਚ ਬਣਿਆ ਰਹੇਗਾ। ਸੋ ਵੱਧ ਤੋਂ ਵੱਧ ਪਹਿਲੇ ਨੰਬਰ 'ਤੇ ਤਾਂ ਇਹ ਚੀਜ਼ ਸਿਸਟਮ ਚਾਹੀਦਾ ਹੈ ਸਾਡੇ ਸਿਸਟਮ ਦੇ ਅਦਾਰੇ ਦੇ ਵਿੱਚ, ਕਿ ਉਸ ਮੈਂਬਰ ਨੂੰ, ਉਸ ਪ੍ਰਬੰਧਕ ਨੂੰ ਉਹਨਾਂ ਦੇ ਕਿ ਬਾਈ ਤੁਹਾਡੇ ਹੁੰਦਿਆਂ ਬੰਦਾ ਅੰਦਰ ਐਂਟਰ ਹੋ ਕਿਵੇਂ ਗਿਆ, ਤੁਸੀਂ ਕੀ ਕਰਦੇ ਸੀ ਉਦੋਂ, ਪਹਿਰੇ 'ਤੇ ਕੌਣ ਸੀ ਉਸ ਵਕਤ, ਉਸ ਵਕਤ ਜੋੜੇ ਪਾ ਕੇ ਅਗਲਾ ਕਿੱਥੋਂ ਕਹਿ ਲਈਏ ਕਿ ਮੈਂ ਸੁਣਿਆ ਕਿ ਹਾਲ ਹੈ ਲੰਬਾ ਅਤੇ ਹਾਲ ਦੇ ਵਿੱਚੋਂ ਲੰਘ ਕੇ ਬੂਟ ਪਾ ਕੇ ਆਇਆ, ਕਿਸੇ ਨੇ ਦੇਖਿਆ ਨਹੀਂ ਹੋਵੇਗਾ ਉੱਥੋਂ ਤੱਕ। ਸੋ ਇਹ ਚੀਜ਼ਾਂ ਵੀ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਕਿ ਹਰ ਉੱਥੋਂ ਦੇ ਪ੍ਰਬੰਧਕ ਨੂੰ, ਉੱਥੋਂ ਦੇ ਮੈਂਬਰ ਨੂੰ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਜਿਹੜਾ ਸਰੂਪ ਲੈ ਕੇ ਜਾਂਦਾ। ਇਹ ਗੱਲ ਕਲੀਅਰ ਹੋ ਗਈ। ਦੂਜੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਹੈ ਕਿ ਇੱਕ ਜਿਹੜੀ ਬੇਅਦਬੀ ਹੈ ਅਸੀਂ ਨਿਤਾ ਪ੍ਰਤੀ ਜਿਹੜੇ ਅਸੀਂ ਰੋਜ਼ ਕਰਦੇ ਹਾਂ, ਉਹ ਰੋਜ਼ ਇਸ ਤਰੀਕੇ ਦੇ ਨਾਲ ਕਰਦੇ ਹਾਂ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਪੜ੍ਹ ਕੇ ਵੀ ਅਤੇ ਉਹਨਾਂ ਦੇ ਇਸ ਗੁਰਬਾਣੀ ਤੋਂ ਉਲਟ ਕਰਮ ਕਰਦੇ ਹਾਂ ਤਾਂ ਫਿਰ ਇੱਕ ਹਿਸਾਬ ਦੀ ਇਹ ਵੀ ਤਾਂ ਬੇਅਦਬੀ ਹੋਈ ਨਾ। ਦੇਖੋ ਜੇ ਇੱਕ ਸਟੂਡੈਂਟ ਪੜ੍ਹ ਲਿਖ ਕੇ ਕਿਸੇ ਵੱਡੇ ਅਹੁਦੇ 'ਤੇ ਪਹੁੰਚ ਜਾਵੇ ਨਾ, ਅਤੇ ਜਦੋਂ ਅਹੁਦੇ 'ਤੇ ਪਹੁੰਚ ਕੇ ਅਤੇ ਕੋਈ ਚੰਗੇ ਕਰਮ ਕਰੇ ਅਤੇ ਉਹਨੂੰ ਪੁੱਛਦਾ ਹੈ ਕਿ ਬਾਈ ਕੀ ਤੂੰ ਇੱਥੋਂ ਤੱਕ ਪਹੁੰਚਿਆ, ਕਹਿੰਦਾ ਮੇਰਾ ਟੀਚਰ ਉਹ ਸੀ, ਮੈਂ ਉਸ ਸਕੂਲ ਤੋਂ ਪੜ੍ਹਿਆ, ਉਸ ਕਾਲਜ ਤੋਂ ਪੜ੍ਹਿਆ ਅਤੇ ਇੱਥੋਂ ਪੜ੍ਹ ਕੇ ਮੈਂ ਅੱਜ ਆਹ ਬਣ ਗਿਆ, ਅਤੇ ਆਟੋਮੈਟਿਕਲੀ ਉਸ ਉਸਤਾਦ ਦਾ, ਉਸ ਟੀਚਰ ਦਾ ਨਾਮ ਰੋਸ਼ਨ ਹੁੰਦਾ ਜਦੋਂ ਉਸਦਾ ਪੜ੍ਹਾਇਆ ਹੋਇਆ ਬੱਚਾ ਕਿਸੇ ਵੱਡੇ ਅਹੁਦੇ 'ਤੇ ਪਹੁੰਚ ਜਾਵੇ, ਆਟੋਮੈਟਿਕਲੀ ਉਹਦਾ ਮਾਣ ਸਤਿਕਾਰ ਹੈ। ਪਰ ਜਦੋਂ ਉਹੀ ਬੱਚਾ ਉਸ ਟੀਚਰ ਦੇ ਨਾਲ ਜੁੜ ਕੇ ਵੀ ਜੇ ਗਲਤ ਕਰਮ ਕਰਦਾ ਹੋਵੇ ਤਾਂ ਕਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਿ ਤੇਰੇ ਟੀਚਰ ਨੇ ਤੈਨੂੰ ਆਹੀ ਸਿਖਾਇਆ, ਇਹੀ ਸਿੱਖਿਆ ਤੂੰ, ਭਾਵੇਂ ਟੀਚਰ ਨੇ ਉਹ ਨਹੀਂ ਸਿਖਾਇਆ ਹੁੰਦਾ ਪਰ ਫਿਰ ਵੀ ਟੀਚਰ 'ਤੇ ਕਿਹੋ ਜਿਹਾ ਦੱਬਾ ਲੱਗ ਜਾਂਦਾ ਹੈ। ਇਸ ਕਰਕੇ ਯਾਦ ਰੱਖਿਓ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਲਟ ਕਰਮ ਕਰਾਂਗੇ ਨਾ, ਫਿਰ ਇਸ ਕਰਕੇ ਸਾਡੇ ਇਹ ਵੀ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਬੇਅਦਬੀ ਹੈ। ਜਿਹੜੇ ਸਾਡੇ ਲੋਕ ਅੱਜ ਧੰਦਾ ਚਲਾਉਂਦੇ ਨੇ, ਕਹਿ ਲਈਏ ਕਿ ਪਾਠਾਂ ਦੀਆਂ ਲੜੀਆਂ ਚਲਾ ਰੱਖੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਉਲਟ ਕਰਮ ਕੀਤੇ ਜਾਂਦੇ ਨੇ, ਉਹ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ। ਦੇਖਿਆ ਹਜ਼ੂਰ ਸਾਹਿਬ ਜਾ ਕੇ ਦੇਖੋ ਕਿਵੇਂ ਆਰਤੀਆਂ ਘੁੰਮਦੀਆਂ ਨੇ, ਕਿਵੇਂ ਬੱਕਰੇ ਝੜਕਾਏ ਜਾਂਦੇ ਨੇ, ਕਿੰਨਾ ਕੁਛ ਹੁੰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਲਟ ਨਹੀਂ, ਇਹ ਬੇਅਦਬੀ ਨਹੀਂ ਹੈ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਅਤੇ ਵਿਚਾਰਨੀਆਂ ਪੈਣਗੀਆਂ। ਅਸੀਂ ਉਹ ਤਾਂ ਐਕਸ਼ਨ ਸਰਕਾਰ ਵੀ ਲਵੇ ਅਤੇ ਉੱਥੋਂ ਦੇ ਪ੍ਰਬੰਧਕ ਕਮੇਟੀ ਜੋ ਵੀ, ਉਹ ਵੀ ਐਕਸ਼ਨ ਲਿਆ ਜਾਵੇ ਕਿ ਬੰਦੇ ਨੂੰ ਫੜਿਆ ਜਾਵੇ, ਮਾਸਟਰ ਮਾਈਂਡ ਕਿਹੜਾ, ਕੌਣ ਕਿਸ ਤਰੀਕੇ ਦੇ ਨਾਲ, ਕੌਣ ਕਰਵਾ ਰਿਹਾ, ਕਿਸੇ ਤਰੀਕੇ ਦਾ ਕੀ ਸਾਜਿਸ਼ ਹੈ, ਇਹ ਚੀਜ਼ਾਂ ਪੂਰੀ ਪੁੱਛ ਪੜਤਾਲ ਕੀਤੀ ਜਾਵੇ। ਦੂਜੀ ਸਾਈਡ 'ਤੇ ਜਿਵੇਂ ਆਮ ਕਰਕੇ ਕਹਿੰਦੇ ਹਿਪਨੋਟਾਈਜ਼ ਕਰ ਲੈਂਦੇ, ਆਮ ਕਰਕੇ ਅਸੀਂ ਦੇਖਦੇ ਨਾ ਕੋਈ ਮਾਇੰਡ ਰੀਡ ਕਰ ਰਿਹਾ ਹੈ, ਕੋਈ ਹਿਪਨੋਟਾਈਜ਼ ਕਰ ਰਿਹਾ, ਉਹ ਬੰਦੇ ਨੂੰ ਬੁਲਵਾ ਲੈਂਦੇ ਨੇ ਕਿ ਤੂੰ ਦੱਸ ਕੌਣ ਬੋ, ਤੇਰੇ ਕੋਲ ਕਿਹਨੇ ਕਰਵਾਈ। ਇਸ ਤਰੀਕੇ ਦੇ ਨਾਲ ਅਸੀਂ ਉਸ ਬੰਦੇ ਨੂੰ ਉੱਥੇ ਖੜਿਆ ਜਾਵੇ, ਉਹਦੀ ਪੁੱਛ ਪੜਤਾਲ ਕੀਤੀ ਹੈ ਕਿ ਸੱਚੀ ਮਾਇੰਡ ਇਹਦਾ ਦਿਮਾਗ ਖਰਾਬ ਹਿੱਲਿਆ ਜਾਂ ਕੁਝ ਇਹ ਜਾਣ ਕੇ ਕਿਸੇ ਨੇ ਭੇਜਿਆ। ਫਿਰ ਇਹੋ ਜਿਹੀ ਅੱਜ ਕੱਲ੍ਹ ਤਾਂ ਬਹੁਤ ਯਾਰ ਪੜ੍ਹੇ ਲਿਖੇ ਦਾ ਯੁੱਗ ਹੈ, ਅੱਜ ਕੱਲ੍ਹ ਤਾਂ ਬੰਦੇ ਦੇ ਅੰਦਰ ਕੀ ਚੱਲਦਾ ਹੈ ਕਿ ਉਹ ਉਹਨੂੰ ਬੁਲਵਾ ਲੈਂਦੇ ਨੇ ਉਸੇ ਵੇਲੇ। ਸੋ ਇਹ ਚੀਜ਼ਾਂ ਨੂੰ ਸਾਨੂੰ ਇਹ ਵੀ ਟੈਸਟ ਕਰਨੇ ਚਾਹੀਦੇ ਨੇ, ਇਸ ਕੋ ਉਹਨੂੰ ਫੜਿਆ ਜਾਣਾ ਚਾਹੀਦਾ। ਅਤੇ ਇਹ ਚੀਜ਼ ਇਹ ਕਰੀਏ ਤਾਂ ਦੂਜੀ ਅਸੀਂ ਆਪ ਵੀ ਖੁਦ ਬੇਅਦਬੀਆਂ ਕਰਨੋਂ ਹਟੀਏ, ਪਾਵ ਕੇ ਗੁਰਬਾਣੀ ਤੋਂ ਉਲਟ ਨਾ ਚੱਲੀਏ। ਸੋ ਆਪ ਜੀ ਦੱਸਣਾ ਕਰਾਂ, ਆਪ ਜੀ ਨੂੰ ਵੀਡੀਓ ਕਿਵੇਂ ਦੀ ਲੱਗੇ, ਆਪ ਜੀ ਨੂੰ ਮੇਰੇ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ, ਸਤਿ ਸ਼੍ਰੀ ਅਕਾਲ, ਬਾਏ ਬਾਏ।